Welcome everyone to the online platform of Maths Overseas channel. Today we will discuss about the use of the articles. Okay, apne ko English main articles hunde ya tin, theek hai, that is called a, an and the. Ap inon nu ki kehne ya articles. Ke ajj apa is video ch discuss karange ki inna nu articles nu apa kive use karde ha. Okay, what is the use of a, what is the use of an and where we can use the. Okay, so we will start now. ਜਿਵੇਂ ਤੁਸੀਂ ਠੀਕ ਹੈ ਸਕਰੀਨ ਤੇ ਦੇਖ ਰਹੇ ਹੋ ਆਪਣੇ ਕੋਲ ਹੈ ਕਿ ਯੂਜ਼ ਆਫ ਆਰਟੀਕਲਸ ਸੋ ਫਸਟ ਆਫ ਆਲ ਆਪਾਂ ਸਟਾਰਟ ਕਰਾਂਗੇ ਵੋਵਲਸ ਅੱਖਰ ਤੋਂ ਓਕੇ ਐਸ ਵੀ ਆਲ ਨੋ ਵੀ ਹੈਵ ਫਾਈਵ ਵੋਵਲਸ ਓਕੇ ਆਪਣੇ ਕੋਲ ਪੰਜ ਵੋਵਲ ਅੱਖਰ ਹੈ ਆਪਣੇ ਕੋਲ ਇੰਗਲਿਸ਼ ਏ ਈ ਆਈ ਓ ਯੂ ਓਕੇ ਆਪਣੇ ਕੋਲ ਵੋਵਲ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਵੀ ਆਪਣੇ ਕੋਲ ਵੋਵਲ ਕੋਈ ਲੈਟਰ ਹੈ ਠੀਕ ਹੈ ਜਾਂ ਫਿਰ ਵੋਵਲ ਲੈਟਰ ਦੀ ਆਪਣੇ ਕੋਲ ਸਾਊਂਡ ਆ ਰਹੀ ਹੈ ਉਸ ਤੋਂ ਫਰੰਟ ਦੇ ਆਪਾਂ ਕੀ ਯੂਜ਼ ਕਰਦੇ ਹਾਂ ਐਨ ਓਕੇ ਵੀ ਆਲ ਨੋ ਦੈਟ ਵੀ ਵਿਲ ਯੂਜ਼ ਐਨ ਇਨ ਫਰੰਟ ਆਫ ਅ ਵੋਵਲ ਲੈਟਰ ਔਰ ਅ ਵਰਡ ਵਿਦ ਅ ਵੋਵਲ ਸਾਊਂਡ ਓਕੇ ਆਪਣੇ ਕੋਲ ਕੁਝ ਐਗਜ਼ਾਮਪਲ ਆ ਲਾਈਕ ਦਿਸ ਇਜ਼ ਐਨ ਅੰਬ੍ਰੇਲਾ ਓਕੇ ਬਿਕੋਜ਼ ਆਪਣੇ ਕੋਲ ਕੀ ਹੈ ਵੋਵਲ ਅੱਖਰ ਯੂ ਹੈ ਮਾਈ ਫਾਦਰ ਇਜ਼ ਐਨ ਐਮ ਬੀ ਬੀ ਐਸ ਡਾਕਟਰ ਆਈ ਸੋ ਐਨ ਈਗਲ ਦੇਅਰ ਰਾਮ ਇਜ਼ ਐਨ ਓਨੈਸਟ ਰਾਮ ਇਜ਼ ਐਨ ਓਨੈਸਟ ਪਰਸਨ ਹੈ ਆਪਾਂ ਇੱਥੇ ਤਾਂ ਵੋਵਲ ਅੱਖਰ ਨਹੀਂ ਹੈਗਾ ਠੀਕ ਹੈ ਐਚ ਹੈ ਬਟ ਆਪਾਂ ਕੀ ਪ੍ਰੋਨਾਊਂਸ ਕਰਦੇ ਹਾਂ ਇਹਨੂੰ ਓਨੈਸਟ ਇਟਸ ਓਨੈਸਟ ਓਕੇ ਆਪਣੇ ਕੋਲ ਓ ਦੀ ਸਾਊਂਡ ਆਉਂਦੀ ਹੈ ਤਾਂ ਇਹ ਆਪਣੇ ਕੋਲ ਕੀ ਹੈ ਵੋਵਲ ਲੈਟਰ ਹੈ ਐਚ ਇਜ਼ ਸਾਈਲੈਂਟ ਹੇਅਰ ਰਾਮ ਇਜ਼ ਐਨ ਓਨੈਸਟ ਪਰਸਨ ਓਨੈਸਟ ਆਪਾਂ ਇਹਨੂੰ ਇੱਦਾਂ ਪ੍ਰੋਨਾਊਂਸ ਕਰਨਾ ਓਕੇ ਆਈ ਐਮ ਈਟਿੰਗ ਐਨ ਐਪਲ ਐਨ ਐਲੀਫੈਂਟ ਇਜ਼ ਅ ਸੱਚ ਅ ਹਿਊਜ ਐਨੀਮਲ ਓਕੇ ਸੋ ਹੁਣ ਆਪਾਂ ਇੱਥੇ ਕੀ ਡਿਸਕਸ ਕਰ ਰਹੇ ਹਾਂ ਕਿ ਆਪਣੇ ਕੋਲ ਜੋ ਸਾਊਂਡ ਹੈ ਠੀਕ ਹੈ ਵੋਵਲ ਦੀ ਆਪਣੇ ਕੋਲ ਪੰਜ ਵੋਵਲ ਆ ਤਾਂ ਆਪਾਂ ਉਹਦੇ ਅੱਗੇ ਕੀ ਐਨ ਯੂਜ ਕਰਨਾ ਬਟ ਬੇਸਿਕਲੀ ਕੀ ਹੁੰਦਾ ਹੈ ਕਿ ਆਪਣੇ ਕੋਲ ਹੁਣ ਲਾਈਕ ਦਿਸ ਇਜ਼ ਐਨ ਅੰਬ੍ਰੇਲਾ ਐਂਡ ਅਗਰ ਆਪਾਂ ਡਿਸਕਸ ਕਰਾਂਗੇ ਠੀਕ ਹੈ ਦਿਸ ਇਜ਼ ਅ ਯੂਨੀਫਾਰਮ ਬਟ ਉੱਥੇ ਤਾਂ ਆਪਣੇ ਕੋਲ ਇਹ ਆ ਗਿਆ ਯੂਨੀਫਾਰਮ 'ਚ ਬਟ ਦਿਸ ਇਜ਼ ਐਨ ਅੰਬ੍ਰੇਲਾ ਆ ਗਿਆ ਓਕੇ ਕਿ ਇਹਨਾਂ 'ਚ ਕੀ ਹੁਣ ਡਿਫਰੈਂਸ ਹੈ ਇਹਨਾਂ 'ਚ ਡਿਫਰੈਂਸ ਇਹ ਹੈ ਕਿ ਆਪਣੇ ਕੋਲ ਜੋ ਸਵਰ ਹੁੰਦੇ ਆ ਨਾ ਠੀਕ ਹੈ ਪੰਜਾਬੀ 'ਚ ਊੜਾ ਆੜਾ ਐਂਡ ਈੜੀ ਠੀਕ ਹੈ ਤਿੰਨ ਸਵਰਾਂ ਦੀ ਆਵਾਜ਼ ਆਪਣੇ ਕੋਲ ਜਿੱਥੇ ਆਊਗੀ ਆਪਾਂ ਉੱਥੇ ਹੀ ਵੋਵਲ ਠੀਕ ਦੀ ਆਵਾਜ਼ ਆਊਗੀ ਆਪਾਂ ਉੱਥੇ ਐਨ ਯੂਜ਼ ਕਰਨਾ ਓਕੇ ਨੋ ਮੈਟਰ ਕਿ ਤੁਹਾਡੇ ਕੋਲ ਠੀਕ ਹੈ ਲੈਟਰ ਕੋਈ ਯੂ ਆ ਰਿਹਾ ਓ ਆ ਰਿਹਾ ਆਈ ਈ ਏ ਓਕੇ ਦੈਟ ਡਜ਼ਨਟ ਮੈਟਰ ਆਪਣੇ ਕੋਲ ਜਿੱਥੇ ਵੀ ਪੰਜਾਬੀ ਸਵਰ ਦੀ ਆਵਾਜ਼ ਆਊਗੀ ਆਪਾਂ ਉੱਥੇ ਐਨ ਯੂਜ਼ ਕਰਨਾ ਦਿਸ ਇਜ਼ ਐਨ ਅੰਬ੍ਰੇਲਾ ਅੰਬ੍ਰੇਲਾ 'ਚ ਕਿਹਦੀ ਆਵਾਜ਼ ਆ ਰਹੀ ਹੈ ਆਪਣੇ ਕੋਲ ਆੜੇ ਦੀ ਜਦੋਂ ਆਪਾਂ ਬੋਲਦੇ ਨਾ ਅ ਆਵਾਜ਼ ਆਉਂਦੀ ਹੈ ਅੰਬ੍ਰੇਲਾ ਓਕੇ ਸੋ ਦੈਟਸ ਵਾਈ ਵੀ ਆਰ ਯੂਜ਼ਿੰਗ ਐਨ ਹੇਅਰ ਸੋ ਅਗਰ ਆਪਾਂ ਹੁਣ ਇੱਥੇ ਯੂਜ਼ ਕਰਾਂਗੇ ਦਿਸ ਇਜ਼ ਅ ਯੂਨੀਫਾਰਮ ਓਕੇ ਯੂਨੀਫਾਰਮ ਆਪਣੇ ਕੋਲ ਇੱਥੇ ਆਵਾਜ਼ ਆ ਰਹੀ ਹੈ ਯ ਠੀਕ ਹੈ ਯੂਨੀਫਾਰਮ ਤਾਂ ਫਿਰ ਆਪਾਂ ਉੱਥੇ ਕੀ ਯੂਜ਼ ਕਰਾਂਗੇ ਏ ਬਸ ਵੋਵਲ ਜੋ ਸਾਊਂਡ ਜਿੱਥੇ ਆਪਣੇ ਕੋਲ ਵੋਵਲ ਸਾਊਂਡ ਆਉਂਦੀ ਆ ਠੀਕ ਹੈ ਸਵਰ ਦੀ ਆਵਾਜ਼ ਆਪਾਂ ਉੱਥੇ ਐਨ ਯੂਜ਼ ਕਰਨਾ ਹੁੰਦਾ ਠੀਕ ਹੈ ਐਨ ਦਾ ਆਪਣੇ ਕੋਲ ਸਿਰਫ ਇੰਨਾ ਯੂਜ਼ ਹੁੰਦਾ ਠੀਕ ਹੈ ਤਾਂ ਆਪਾਂ ਐਨ ਵਾਲਾ ਆਪਣਾ ਜੋ ਕਨਸੈਪਟ ਆ ਕਲੀਅਰ ਕਰ ਲਿਆ ਸੋ ਅਨਦਰ ਵਨ ਇਜ਼ ਏ ਓਕੇ ਆਪਣੇ ਕੋਲ ਏ ਦਾ ਕੀ ਯੂਜ਼ ਹੈ ਐਸ ਵੀ ਨੋ ਏ ਆਪਣੇ ਕੋਲ ਹੈ ਸਿੰਗੂਲਰ ਆਬਜੈਕਟ ਨਾਲ ਹੀ ਆਉਂਦਾ ਆਈਦਰ ਇਟ ਕੈਨ ਬੀ ਅ ਪਰਸਨ ਇਟ ਕੈਨ ਬੀ ਅ ਸਿੰਗੂਲਰ ਆਬਜੈਕਟ ਥਿੰਗ ਪਲੇਸ ਔਰ ਵਟ ਐਵਰ ਓਕੇ ਏ ਇਜ਼ ਯੂਜ ਫੋਰ ਸਿੰਗੂਲਰ ਥਿੰਗਸ ਆਈਦਰ ਫੋਰ ਅ ਪਰਸਨ
थिंग प्लेस ऑब्जेक्ट और वी कैन से इट इज यूज्ड फॉर कॉमन ऑब्जेक्ट. ठीक है कि लाइक किसी ऑब्जेक्ट की कोई स्पेसिफिक कैटेगरी नहीं होंगी. ओके लाइक फॉर एग्जांपल अपने को आ पेन है. ठीक है एक ही पेनों की कमांगे दिस इज अ पेन. ओके कि एक पेन है क्योंकि नॉर्मल है इस तरह के और भी पेन बहुत तरह के हो सकते हैं. ओके अपने को एग्जांपल्स आ दिस इज अ बैट. ओके कोई भी बैट हो सकता है. ठीक है इसलिए अपन इतने ए यूज करेंगे. ही वॉज रियली अ जीनियस गाय क्योंकि वो पर्सन एक का ही लग गया वो एक पर्सन आता पन की कमा गई. ही इज रियली अ जीनियस गाय. दिस इज अ पेन ए एक पेन है. देयर इज अ कैट इतने एक कैट है. इट इज अ मोबाइल फोन एक मोबाइल फोन है. शी इज बेकिंग अ केक वो केक बना रही है. ठीक है बेक हुंदा केक हुंदा नो आप हमेशा बेक करते हैं. ठीक है दे आर गोइंग टू बाय अ हाउस वो एक हाउस खरीदन जा रही है. ठीक है हुन अपने कोल की सी वो खरीदन जा रहे हैं दे लग गया दैट मीन वो एक तो वध पर्सन आ बट वो हाउस की आ एक खरीद रहे हैं. ठीक है तो फिर अपने कोल ऑब्जेक्ट जिते मुड़े लग गया एक खरीद रहे हैं दैट्स वाई वी आर यूजिंग हियर ए. ही इज प्रिपेयरिंग अ स्पीच वो एक स्पीच तैयार कर रहा है. ठीक है अपन हुन पता लग गया कि ए दा भी अपने कोल सिंगुलर यूज होंदा जिथे अपने कोल ऑब्जेक्ट आ पर्सन आ. ठीक है कोई भी प्लेस आ वो सिंगल हो गए. ओके सिंगुलर फॉर्म च उथे आप की यूज करते हैं ए. ओके एंड थर्ड वन अपने कोल हैगा दा. ਹੁਣ ਦਾ ਕਿੱਥੇ ਯੂਜ਼ ਹੁੰਦਾ ਸਮ ਟਾਈਮ ਆਪਣੇ ਕੋਲ ਬਹੁਤ ਹੀ ਕਨਫਿਊਜ਼ਨ ਹੁੰਦੀ ਹੈ ਕਿ ਵੇਅਰ ਵੀ ਵਿਲ ਯੂਜ਼ ਦਾ. ਓਕੇ ਸੋ ਆਪਾਂ ਸਾਰੇ ਜੋ ਕਨਸੈਪਟ ਹੈ ਇਹਦੇ 'ਚ ਕਲੀਅਰ ਕਰਾਂਗੇ ਕਿ ਵਟ ਇਜ਼ ਦ ਯੂਜ਼ ਆਫ ਦਾ. ਓਕੇ ਦਾ ਇਜ਼ ਯੂਜ਼ ਫੋਰ ਸਪੈਸ਼ਲ ਥਿੰਗਸ ਔਰ ਵੀ ਕੈਨ ਸੇ ਇਟ ਇਜ਼ ਯੂਜ਼ ਫੋਰ ਦ ਸਪੈਸੀਫਿਕ ਥਿੰਗ ਔਰ ਓਬਜੈਕਟ. ਓਕੇ ਜੋ ਦਾ ਹੈ ਉਹ ਕਿਸੇ ਨਾਊਨ ਨਾਲ ਯੂਜ਼ ਹੁੰਦਾ ਹੈ. ਓਕੇ ਹੁੰਦਾ ਆਪਣੇ ਕੋਲ ਦਾ ਨਾਊਨ ਨਾਲ ਯੂਜ਼ ਆ ਨਾਊਨ ਜਿਹਦਾ ਕੋਈ ਸਪੈਸੀਫਿਕ ਮੀਨਿੰਗ ਹੁੰਦਾ. ਓਕੇ ਲਾਈਕ ਫੋਰ ਐਗਜਾਂਪਲ ਆਪਾਂ ਕਹਿ ਸਕਦੇ ਹਾਂ. ਠੀਕ ਹੈ ਅਰਥ ਸਨ ਸਨ ਇੱਕ ਨਾਊਨ ਆ. ਠੀਕ ਹੈ ਬਟ ਉਹਦਾ ਸਪੈਸੀਫਿਕ ਮੀਨਿੰਗ ਹੈ. ਸਪੈਸੀਫਿਕ ਮੀਨਿੰਗ ਕਿ ਜੋ ਸਨ ਹੈ ਠੀਕ ਹੈ ਪੂਰੇ ਵਰਲਡ 'ਚ ਆਪਣੇ ਕੋਲ. ਠੀਕ ਹੈ ਯੂਨੀਵਰਸ ਸਨ ਸਿਰਫ ਇੱਕ ਹੈ. ਠੀਕ ਹੈ ਅਰਥ ਆਪਾਂ ਕਹਿੰਦੇ ਹਾਂ ਆਪਣਾ ਪਲੈਨਟ. ਓਕੇ ਪੂਰੇ ਯੂਨੀਵਰਸ 'ਚ ਅਰਥ ਵੀ ਇੱਕ ਹੈ. ਅਰਥ ਇਜ਼ ਅ ਨਾਊਨ ਸਪੈਸੀਫਿਕ ਨਾਊਨ. ਓਕੇ ਫੋਰ ਐਗਜਾਂਪਲ आई बाउट सम एप्पल्स द एप्पल वॉज डिलीशियस. ओके कहते मैं कुछ सेब खरीदे एंड सेब की सी उहदे च डिलीशियस सी. आपां चीजां दा ठीक है कोई मतलब आपां एक तो ज्यादा कोई चीजां एप्पल्स ज्यादा खरीदे बट आपां इथे डिस्क्राइब कर रहे हैं भी उहदे च एक जो एप्पल सी ओह की है डिलीशियस सी. आपां उहदी दस रहे हैं ना क्वालिटी की हाँ वो वधिया सी. ठीक है दैट्स वाई वी आर यूजिंग हियर द एप्पल वॉज डिलीशियस. ओके सेकेंड एग्जाम्पल हियर इज द सन रोज एट 6:17 दिस मॉर्निंग. जो सन है ठीक है उगता है 6:17 इस मॉर्निंग. ओके सन की है अपने कोल नाउन है. ओके स्पेसिफिक एदा की है एक मीनिंग है. ठीक है इसलिए आप इतने की यूज करेंगे द. यू कैन गो एनी वेयर इन द वर्ल्ड. ठीक है तुसी कहते भी जा सकते हो वर्ल्ड. यू नो अब वर्ल्ड की हैगा बहुत बड़ा एंड वर्ल्ड संसार वो एक ही है. ठीक है द सीईओ ऑफ एप्पल इज कमिंग टू आर मीटिंग. ठीक है एप्पल कंपनी बहुत बड़ी कंपनी है. ठीक है उसका सीईओ ऑब्वियसली एक होगा. ओके कोई पर्टिकुलर पर्सन ही है सीईओ. ठीक है इसलिए अपन इतने की यूज किया द. न्यूयॉर्क इज द लार्जेस्ट सिटी इन द यूनाइटेड स्टेट्स. ओके ये अपन आगे डिस्कस करेंगे. ओके कि न्यूयॉर्क ते अगे अपन दा क्यों नहीं लाया क्योंकि एक स्पेसिफिक ठीक है बड़ी सिटी है लार्जेस्ट सिटी है. ठीक है एंड अपन
ਦਾ ਯੂਨਾਈਟਿਡ ਸਟੇਟਸ ਦੇ ਅੱਗੇ ਲਾਇਆ, ਬਟ ਆਪਾਂ ਕੰਟਰੀਜ਼ ਦੇ ਨੇਮ ਮੂਹਰੇ ਕਦੇ ਵੀ ਦਾ ਨਹੀਂ ਲਗਾਉਣਾ, ਵੀ ਵਿਲ ਡਿਸਕਸ ਓਕੇ। ਨਿਊਯਾਰਕ ਇਜ਼ ਦਾ ਲਾਰਜੈਸਟ ਸਿਟੀ ਇਨ ਦਾ ਯੂਨਾਈਟਿਡ ਸਟੇਟ, ਜੋ ਨਿਊਯਾਰਕ ਹੈ ਸਭ ਤੋਂ ਵੱਡੀ ਸਿਟੀ ਹੈ ਯੂਨਾਈਟਿਡ ਸਟੇਟ 'ਚ। ਯੂਨਾਈਟਿਡ ਸਟੇਟ 'ਚ ਸਭ ਤੋਂ ਵੱਡੀ ਸਿਟੀ ਹੋਣਾ ਉਹ ਕੀ ਹੋ ਗਿਆ, ਉਹਦੀ ਕੋਈ ਇੰਪੋਰਟੈਂਟ ਗੱਲ, ਠੀਕ ਹੈ। ਇਸ ਲਈ ਆਪਾਂ ਇੱਥੇ ਲਾਰਜੈਸਟ ਸਿਟੀ ਦੇ ਅੱਗੇ ਦਾ ਲਗਾਇਆ, ਕਿਉਂਕਿ ਉਹ ਉਹਦੀ ਕੁਆਲਿਟੀ ਆ ਸਭ ਤੋਂ ਵੱਡੀ ਹੋਣਾ, ਓਕੇ। ਤਾਂ ਹੀ ਉਹ ਉਹਨੂੰ ਸਪੈਸੀਫਿਕ ਕਰ ਰਹੀ ਹੈ ਸਾਰੀਆਂ ਚੀਜ਼ਾਂ ਤੋਂ। ਹੁਣ ਆਪਾਂ ਯੂਜ਼ ਦੇਖਾਂਗੇ ਕਿ ਆਪਾਂ ਦਾ ਯੂਜ਼ ਕਿੱਥੇ ਕਿੱਥੇ ਕਰ ਸਕਦੇ ਹਾਂ, ਓਕੇ। ਵੇਅਰ ਵੀ ਕੈਨ ਯੂਜ਼ ਦਾ, ਆਪਣੇ ਕੋਲ ਜੋ ਦਾ ਹਮੇਸ਼ਾ ਯੂਜ਼ ਹੁੰਦਾ ਹੈ ਜੋ ਰਿਵਰਸ ਨੇਮ ਹੈ, ਠੀਕ ਹੈ, ਲਾਈਕ ਆਪਣੇ ਦਾ ਗੰਗਾ, ਦਾ ਯਮੁਨਾ, ਇੰਦੋਸ, ਗੋਦਾਵਰੀ, ਠੀਕ ਹੈ, ਰਿਵਰਸ ਦੇ ਨੇਮ ਦੇ ਫਰੰਟ 'ਚ ਹਮੇਸ਼ਾ ਦਾ ਯੂਜ਼ ਹੋਏਗਾ, ਠੀਕ ਹੈ। ਸੈਕਿੰਡ ਵਨ ਹੈ ਕਿ ਆਪਣੇ ਜੋ ਵੀ, ਠੀਕ ਹੈ, ਹੋਲੀ ਬੁੱਕਸ ਆ, ਲਾਈਕ ਦ ਗੀਤਾ, ਬਾਈਬਲ, ਕੁਰਾਨ, ਗੁਰੂ ਗ੍ਰੰਥ ਸਾਹਿਬ, ਓਕੇ, ਇਹ ਹੋਲੀ ਬੁੱਕਸ ਆ, ਉਹਨਾਂ ਦੇ ਨਾਮ ਦੇ ਫਰੰਟ 'ਤੇ ਹਮੇਸ਼ਾ ਕੀ ਹੈ, ਦਾ ਯੂਜ਼ ਹੋਏਗਾ। ਨਿਊਜ਼ ਪੇਪਰ ਨੇਮ, ਓਕੇ, ਨਿਊਜ਼ ਪੇਪਰ 'ਤੇ ਵੀ ਕੋਈ ਵੀ ਜੋ ਨੇਮ ਹੈ, ਅਲੱਗ ਅਲੱਗ ਕੰਟਰੀਜ਼ ਦੇ ਨਿਊਜ਼ ਪੇਪਰ ਹੋ ਸਕਦੇ ਆ, ਠੀਕ ਹੈ, ਜਾਂ ਕੋਈ ਵੀ ਮੈਗਜ਼ੀਨ ਹੋਏਗੀ, ਉਸ ਦੇ ਅੱਗੇ ਕੀ ਹੈਗਾ, ਆਪਣੇ ਕੋਲ ਹਮੇਸ਼ਾ ਦਾ ਯੂਜ਼ ਹੋਏਗਾ। ਦਾ ਕਿਸੇ ਵੀ ਕੰਟਰੀ ਦੇ ਨੇਮ ਮੂਹਰੇ ਨਹੀਂ ਯੂਜ਼ ਹੋਏਗਾ, ਓਕੇ। ਲਾਈਕ ਫੋਰ ਐਗਜ਼ਾਮਪਲ, ਅਗਰ ਆਪਾਂ ਕਹੀਏ ਕਿ ਦਾ ਚਾਈਨਾ, ਓਕੇ, ਆਪਾਂ ਦਾ ਚਾਈਨਾ ਨਹੀਂ ਕਹਿ ਸਕਦੇ, ਦਾ ਇੰਡੀਆ, ਆਪਾਂ ਦਾ ਇੰਡੀਆ ਵੀ ਨਹੀਂ ਕਹਾਂਗੇ। ਯੂਨਾਈਟਿਡ, ਹੁਣ ਯੂਨਾਈਟਿਡ ਉਹ ਆਪਾਂ ਸੈਂਟੈਂਸ ਕੀਤਾ ਸੀ ਨਾ, ਯੂਨਾਈਟਿਡ ਸਟੇਟਸ ਦੇ ਫਰੰਟ 'ਤੇ ਆਪਣੇ ਕੋਲ ਦਾ ਕਿਉਂ ਆਇਆ, ਹੈ ਨਾ। ਯੂਨਾਈਟਿਡ ਸਟੇਟਸ, ਯੂਨਾਈਟਿਡ ਸਟੇਟਸ ਇਹ 'ਚ ਕੀ ਹੈ, ਗਰੁੱਪ ਆਫ ਕੰਟਰੀਜ਼, ਓਕੇ। ਦਾ ਯੂਨਾਈਟਿਡ ਸਟੇਟਸ ਇਸ ਲਈ ਲੱਗਦਾ ਕਿਉਂਕਿ ਯੂਨਾਈਟਿਡ ਸਟੇਟ ਗਰੁੱਪ ਆਫ ਕੰਟਰੀਜ਼ ਹੈ। ਕਿਸੇ ਵੀ ਜਦੋਂ ਗਰੁੱਪ ਆਫ ਥਿੰਗਸ ਦੀ, ਠੀਕ ਹੈ, ਗਰੁੱਪ ਆਫ ਕੰਟਰੀਜ਼ ਦੀ, ਗਰੁੱਪ ਆਫ ਮੈਨ, ਠੀਕ ਹੈ, ਜਾਂ ਫਿਰ ਕਿਸੇ ਵੀ ਚੀਜ਼ ਦੀ ਕਲਾਸ ਦੀ ਗੱਲ ਹੋਊਗੀ ਨਾ, ਹਮੇਸ਼ਾ ਉੱਥੇ ਹੀ ਦਾ ਲੱਗੂਗਾ, ਓਕੇ। ਅਗਰ ਆਪਾਂ ਗੱਲ ਕਰੀਏ ਕਿ ਕਿਸੇ ਕੰਟਰੀਜ਼ ਹੈ, ਠੀਕ ਹੈ, ਕੰਟਰੀਜ਼ 'ਤੇ ਕਿਸੇ ਗਰੁੱਪ ਦੀ ਗੱਲ ਹੋ ਰਹੀ ਹੈ, ਦੈਨ ਵੀ ਕੈਨ ਯੂਜ਼ ਦਾ, ਓਕੇ। ਇੱਕ ਪਰਟੀਕੁਲਰ ਕੰਟਰੀ ਨੂੰ ਡਿਸਕ੍ਰਾਈਬ ਕਰਨ ਲਈ ਆਪਾਂ ਕਦੇ ਵੀ ਦਾ ਯੂਜ਼ ਨਹੀਂ ਕਰਾਂਗੇ, ਠੀਕ ਹੈ, ਓਨਲੀ ਦਾ ਯੂਜ਼ ਹੋਊਗਾ ਯੂਨਾਈਟਿਡ ਸਟੇਟਸ 'ਚ, ਓਕੇ, ਬਿਕੋਜ਼ ਯੂਨਾਈਟਿਡ ਸਟੇਟਸ ਕੀ ਹੈ, ਗਰੁੱਪ ਆਫ ਕੰਟਰੀਜ਼, ਦਾ ਯੂਨਾਈਟਿਡ ਸਟੇਟਸ, ਓਕੇ। ਸੋ ਆਪਣੇ ਕੋਲ ਇਹ ਏ ਐਨ ਐਂਡ ਦਾ ਯੂਜ਼ ਹੋ ਗਿਆ। ਸੋ ਹੋਪ ਤੁਹਾਨੂੰ ਸਾਰੀ ਜੋ ਇਨਫੋਰਮੇਸ਼ਨ ਹੈ, ਠੀਕ ਹੈ, ਯੂਜ਼ਫੁੱਲ ਲੱਗੇਗੀ, ਤੁਹਾਨੂੰ ਸਮਝ ਆ ਗਈ ਹੋਏਗੀ, ਓਕੇ। ਥੈਂਕ ਯੂ ਸੋ ਮੱਚ।